ਪੁਲਿਸ ਦੀ ਗ੍ਰਿਫਤ ਵਿੱਚ ਖੜਾ ਇਹ ਸ਼ਖਸ ਇੱਕ ਨਾਮੀ ਗੈਂਗਸਟਰ ਹੈ ਅਤੇ ਇਹ ਸਾਲ 2018 ਵਿੱਚ ਗੋਇੰਦਵਾਲ ਵਿਖੇ ਹੋਏ ਗੈਂਗਵਾਰ ਵਿੱਚ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ 2018 ਵਿੱਚ ਗੈਂਗਵਾਰ ਹੋਇਆ ਸੀ ਜਿਸ ਵਿੱਚ 3 ਗੈਂਗਸਟਰ ਅਤੇ 1 ਰਾਹਗੀਰ ਦੀ ਮੌਤ ਹੋਈ ਸੀ ਅਤੇ ਕਾਬੂ ਕੀਤਾ ਗਿਆ ਮੁਲਜ਼ਮ ਗੁਰ ਇਕਬਾਲ ਮੀਤ ਸਿੰਘ ਉਰਫ ਰੋਬਿਨ ਪੁਲਿਸ ਦੀ ਗ੍ਰਿਫਤ ਵਿੱਚ ਇੱਕ ਨਾਕੇਬੰਦੀ ਦੌਰਾਨ ਆਇਆ ਹੈ। ਪੰਜਾਬ ਨੂੰ ਗੈਂਗਸਟਰ ਮੁਕਤ ਕਰਨ ਦੀ ਕੋਸ਼ਿਸ਼ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਕਦਮ ਅੱਗੇ ਪੁੱਟਿਆ ਗਿਆ ਹੈ। ਥਾਣੇ ਦੇ SHO ਬਲਜਿੰਦਰ ਸਿੰਘ ਨੇ ਜਿਹੜਾ ਨਾਕਾਬੰਦੀ ਦੌਰਾਨ ਜਿਹੜਾ ਇੱਕ ਗੁਰ ਇਕਬਾਲ ਮੀਤ ਸਿੰਘ ਆ ਇਹ ਗੈਂਗਸਟਰ ਆ ਇਹਨੂੰ ਅਰੈਸਟ ਕੀਤਾ ਵਾ ਔਰ FIR ਨੰਬਰ 157 ਦਰਜ ਕੀਤੀ ਹੈ 53-58। ਇਹ ਜਿਹੜਾ ਗੁਰ ਇਕਬਾਲ ਮੀਤ ਸਿੰਘ ਆ ਉਰਫ ਰੋਬਨ ਇਹ ਪਿੰਡ ਹੰਸਾਵਾਲਾ ਦਾ ਇਹ ਜਿਹੜੇ 133 ਨੰਬਰ FIR ਸੀ ਗੋਇੰਦਵਾਲ ਦੇ ਵਿੱਚ 2018 ਦੇ ਵਿੱਚ ਗੈਂਗਵਾਰ ਹੋਈ ਸੀ ਦੋ ਗਰੁੱਪਾਂ ਦੇ ਵਿੱਚ ਗੈਂਗਸਟਰਾਂ ਦੇ ਗਰੁੱਪਾਂ ਦੇ ਜਿਸ 'ਚ 3 ਗੈਂਗਸਟਰ ਅਤੇ 1 ਰਾਹਗੀਰ ਦੀ ਜਿਹੜਾ ਮਾਰੇ ਗਏ ਸਨ ਉਹਦੇ ਵਿੱਚ ਇਹ ਦੋਸ਼ੀ ਸਾਨੂੰ ਲੋੜੀਂਦਾ ਸੀ ਬਹੁਤ ਅਤੇ ਗ੍ਰਿਫਤਾਰੀ ਤਾਂ ਨੇ ਇੱਕ ਇਹਦੇ ਕੋਲ ਪਿਸਟਲ ਮਿਲਿਆ ਇੰਪੋਰਟਡ ਪਿਸਟਲ ਬਹੁਤ ਵਧੀਆ ਕੁਆਲਿਟੀ ਦਾ ਬਾਹਰ ਦਾ ਵਾ ਬਹੁਤ ਹੀ ਮਹਿੰਗਾ ਕੋਸਟਲੀ ਆ ਇਹਦੀ 30 ਬੋਰ ਦਾ ਇਹਦੀ ਅਰੈਸਟ ਪਾਤੀ ਹੈ ਹੁਣ ਉਹਦਾ ਰਿਮਾਂਡ ਲੈਂਦੇ ਹਾਂ। ਇਹਦੇ ਕੋਲ ਹੋਰ ਵੀ ਜਿਹੜੇ ਆ ਵੈਪਨ ਹੈਗੇ ਆ ਉਹ ਵੀ ਰਿਕਵਰ ਕਰਾਂਗੇ ਅਤੇ ਜਿਹੜੇ ਇਹਦੇ ਬਾਕੀ ਦੋਸ਼ੀ ਆ ਜਿਹੜੇ ਇਹਦੇ ਗਰੁੱਪ ਦੇ ਉਹਨਾਂ ਦੇ ਬਾਰੇ ਵੀ ਇਨਵੈਸਟੀਗੇਸ਼ਨ। ਤਰਨ ਤਾਰਨ ਪੁਲਿਸ ਅਨੁਸਾਰ ਰੋਬਿਨ ਨੂੰ ਇੱਕ ਚੰਗੀ ਕਿਸਮ ਦੇ ਵਿਦੇਸ਼ੀ ਹਥਿਆਰ ਅਤੇ 26 ਜਿਉਂ ਦਾ ਰੋਣ ਸਮੇਤ ਕਾਬੂ ਕੀਤਾ ਗਿਆ। ਪੁਲਿਸ ਵੱਲੋਂ ਉਕਤ ਗੈਂਗਸਟਰ ਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਕਰਨ ਅਤੇ ਹੋਰ ਪੁੱਛਗਿੱਛ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਰਨ ਤਾਰਨ ਤੋਂ ਜਸਬੀਰ ਹਰਿਆਣ ਦੇ ਨਾਲ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS non-SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।